ਸਾਬਕਾ ਮੰਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਗਵੰਤ ਮਾਨ ਨੂੰ ਲੈ ਕੇ ਵੱਖਰੇ ਵੱਖਰੇ ਤੰਜ ਕੱਸੇ ਹਨ। ਉਹਨਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਡਿਪਟੀ ਸੀਐਮ ਲਗਾਉਣ ਦਾ ਵਾਅਦਾ ਕੀਤਾ ਸੀ, ਉਸ ਵਾਅਦੇ ਤੋਂ ਵੀ ਆਮ ਆਦਮੀ ਪਾਰਟੀ ਭੱਜ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਨੂੰ ਲੈ ਕੇ ਵੀ ਤੰਜ ਕੱਸਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਬਦਲਾਅ ਨੂੰ ਲੈ ਕੇ ਗੱਲਾਂ ਕਰਦੀ ਸੀ, ਅੱਜ ਭਗਵੰਤ ਮਾਨ ਮੁੱਖ ਮੰਤਰੀ ਦੀ ਪਤਨੀ ਦੀ ਜੋ ਸੁਰੱਖਿਆ ਹੈ ਉਸ ਤੋਂ ਬਦਲਾਅ ਦਾ ਰੂਪ ਦੇਖਿਆ ਜਾ ਸਕਦਾ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕੁਝ ਕਿਹਾ ਬਿਕਰਮ ਸਿੰਘ ਮਜੀਠੀਆ ਨੇ। ਮੇਰਾ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਭਾਈ, ਤੁਸੀਂ ਤਾਂ ਕਹਿੰਦੇ ਸੀ ਤੁਸੀਂ ਤਾਂ ਡਿਪਟੀ ਸੀਐਮ ਬਣਾਉਣਾ ਸੀ ਦਲਿਤ ਭਾਈਚਾਰੇ ਤੋਂ, ਅਤੇ ਦੇਵ ਮਾਨ ਨੇ ਕਹਿਤਾ ਜਿਹੜਾ ਇਹਨਾਂ ਦਾ ਨਾਭੇ ਦਾ MLA ਕਿ ਮੈਂ ਡਿਪਟੀ ਸੀਐਮ ਦਾ ਸਭ ਤੋਂ ਹੋਣਹਾਰ ਕੈਂਡੀਡੇਟ ਹਾਂ। ਮੈਂ ਵੀ ਮੰਨਦਾ ਹੈ ਕਿਉਂਕਿ ਜਿਹੜੀਆਂ ਖੂਬੀਆਂ ਉਹਨਾਂ 'ਚ ਹੈ, ਜਿਹੜੀ ਸਿਆਣਪ ਉਹਨਾਂ 'ਚ ਹੈ, ਉਹ ਕਈਆਂ 'ਚ ਨਹੀਂ ਵੇਖਣ ਨੂੰ ਮਿਲਦੀ। ਅਤੇ ਉਹਨੇ ਇੰਨੀ ਗੱਲ ਕਹਿਤੀ ਅਤੇ ਇਹ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਕਹਿੰਦੇ ਅਸੀਂ ਤਾਂ ਬਣਾਵਾਂਗੇ ਡਿਪਟੀ ਸੀਐਮ SC ਭਾਈਚਾਰੇ ਤੋਂ, ਅਤੇ ਉਹਦੀ ਮੰਗ ਰੱਖਣ ਲਈ ਆਪਦੀ ਕਾਬਲੀਅਤ ਦੱਸਣ 'ਤੇ ਦੇਵ ਮਾਨ ਨੂੰ ਕੁੰਜੇ ਲਾਤਾ। ਅੱਜ ਐਡੀ ਵੱਡੀ ਖਬਰ ਲੱਗੀ ਹੈ ਕਿ ਉਹਨੂੰ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਮੀਟਿੰਗਾਂ ਤੋਂ DC ਨੇ ਬੁਲਾਉਣਾ ਛੱਡਤਾ, ਉਹਨੂੰ CM ਨੇ ਬੁਲਾਉਣਾ ਛੱਡਤਾ, ਅਤੇ ਕਈ ਭਾਈ ਕੀ ਇਹ ਤੁਹਾਡੀ ਮਾਨਸਿਕਤਾ ਦਲਿਤ ਭਾਈਚਾਰਿਆਂ ਪ੍ਰਤੀ? ਇਹ ਤੋਂ ਪਰਦਾ ਸਪਸ਼ਟ, ਇਹਨਾਂ ਦੀ ਝੂਠ ਬੋਲਣ ਦੀ ਜਿਹੜੀ ਪੋਲਿਸੀ ਉਹ ਤੋਂ ਉੱਠਦਾ। ਨਾ ਦਿੱਲੀ 'ਚ ਕੋਈ ਬਣਾਇਆ ਡਿਪਟੀ CM, ਨਾ ਪੰਜਾਬ 'ਚ ਬਣਾਇਆ। ਅਸਲੀਅਤ ਇਹਨਾਂ ਦੀ ਕੀ ਸੋਚ ਹੈ SC ਭਾਈਚਾਰੇ ਕੋਲ, ਉਹ ਦੇਵ ਮਾਨ ਦੇ ਬਿਆਨਾਂ ਤੋਂ ਅਤੇ ਦੇਵ ਮਾਨ ਦੇ ਬਿਆਨ ਤੋਂ ਬਾਅਦ ਜੋ ਉਹਨਾਂ 'ਤੇ ਕਾਰਵਾਈ ਹੋ ਰਹੀ ਹੈ, ਕਾਰਗੁਜ਼ਾਰੀ ਹੋ ਰਹੀ ਹੈ, ਉਹ ਤੋਂ ਸਪਸ਼ਟ ਹੋ, ਜਿਹਨੂੰ ਮੈਂ ਕੰਡੈਮ ਕਰਦਾ ਜੀ। ਖਤਮ ਹੋ ਗਿਆ। ਦੇਖੋ ਕੱਲ੍ਹ ਸਾਡੇ ਸਤਿਕਾਰਯੋਗ ਡਾਕਟਰ ਗੁਰਪ੍ਰੀਤ ਕੌਰ ਜੀ, ਧਰਮ ਪਤਨੀ ਜੀ ਆਏ ਸੀ ਪਟਿਆਲੇ ਪ੍ਰੋਗਰਾਮ ਲਈ, ਉਹ ਫੋਟੋ ਤੁਸੀਂ ਵੇਖੀ, ਮੂਹਰੇ ਪਹਿਲਾਂ 3 ਜਿਪਸੀਆਂ, ਫਿਰ ਬੁਲਟ ਪਰੂਫ ਗੱਡੀ, ਫਿਰ ਮਗਰ 8 ਗੱਡੀਆਂ, ਅਤੇ ਜਦੋਂ ਉਹਨਾਂ ਨੇ ਮੱਥਾ ਟੇਕਣਾ ਸੀ ਉਦੋਂ ਵੀ ਪਤਾ ਨਹੀਂ ਪਿੱਛੇ ਕਿਹਨੂੰ ਇਸ਼ਾਰਾ ਕਰਦੇ ਸੀਗੇ। ਫਿਰ ਜਿਹਨੇ ਮੇਰੇ ਵੀਰ ਨੇ ਪੈਸੇ ਫੜਾਏ MLA ਸਾਹਿਬ ਨੇ, ਉਹਨਾਂ ਬਾਰੇ ਵੀ ਜਿਹੜੀ ਵੀਡੀਓ ਆਈ ਹੈ ਤੁਹਾਡੇ ਸਾਹਮਣੇ, ਇਸ ਲਈ ਇਹ ਗੱਲ ਦਾ ਜਵਾਬ ਤਾਂ ਦੇਣ ਕਿ ਕਿਸ ਕਪੈਸਿਟੀ 'ਚ, ਮਤਲਬ ਜਿਹੜੇ ਗੱਲ। ਔਰ ਮੈਂ ਇਸ ਲਈ ਸਵਾਲ ਪੁੱਛਦਾ, ਹਾਂ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ, ਜ਼ਰੂਰ ਦਿਓ, ਮਗਰ ਭਗਵੰਤ ਮਾਨ ਜੀ ਤੁਸੀਂ ਤਾਂ ਗੱਲ ਕਰਦੇ ਸੀ ਕਿ ਅਸੀਂ ਸਿਕਿਉਰਿਟੀ ਦੇਣੀ ਨਹੀਂ, ਅਸੀਂ ਤਾਂ ਆਮ ਆਦਮੀ ਹਾਂ, ਖਾਸ ਹੈ ਹੀ ਨਹੀਂ, ਅਤੇ ਜਿੰਨੀ ਹੁਣ ਸਿਕਿਉਰਿਟੀ ਲਾ ਚੱਕੀ ਹੈ, ਇੰਨੀ ਤਾਂ ਮੈਨੂੰ ਤਾਂ ਹਿਮਾਚਲ ਦੇ CM ਨਾਲ, ਹਰਿਆਣੇ ਦੇ CM ਨਾਲ, ਕਿਸੇ ਹੋਰ ਸੂਬੇ ਦੇ CM ਨਾਲ ਇੰਨੀ ਸਿਕਿਉਰਿਟੀ ਨਹੀਂ ਉਹਨਾਂ ਨੂੰ ਮਿਲਦੀ ਜਿੰਨੀ ਉਹਨਾਂ ਦੀ ਘਰ ਦੀ ਨੂੰ ਦੇ ਤੀ, ਜਿਹਨਾਂ ਦਾ ਅਹੁਦਾ ਹੀ ਕੋਈ ਨਹੀਂ।